ਅੱਜ ਮੈਂ ਬਣਾਵਾਂਗੀ ਘੀਏ ਦੇ ਨਰਮ ਨਰਮ ਕੋਫਤਿਆਂ ਦੀ ਥੋੜ੍ਹੇ ਜਿਹੇ ਰਸੇ ਵਾਲੀ ਮਸਾਲੇਦਾਰ ਬਹੁਤ ਹੀ ਵਧੀਆ ਸਬਜ਼ੀ ਆਲੂ ਪਾ ਕੇ। ਅਤੇ ਆਲੂ ਕੋਫਤਿਆਂ ਦੀ ਸਬਜ਼ੀ ਦੀ ਰੈਸਿਪੀ ਜੇਕਰ ਤੁਹਾਨੂੰ ਪਸੰਦ ਆਏ ਨਾ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਅਤੇ ਬੈੱਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਜੀ। ਅਤੇ ਸਬਜ਼ੀ ਨੂੰ ਬਣਾਉਣ ਵਾਸਤੇ ਆਪਾਂ ਇੱਥੇ ਲਵਾਂਗੇ 500 ਗ੍ਰਾਮ ਯਾਨੀ ਕਿ ਅੱਧਾ ਕਿਲੋ ਘੀਆ, 1 ਪਿਆਜ਼, 4 ਮੀਡੀਅਮ ਸਾਈਜ਼ ਦੇ ਟਮਾਟਰ, 1 ਇੰਚ ਅਦਰਕ, 4 ਤੁਰੀਆਂ ਲਸਣ ਦੀਆਂ ਅਤੇ 2 ਹਰੀਆਂ ਮਿਰਚਾਂ। ਅਤੇ ਇਹਨਾਂ ਵਿੱਚੋਂ ਇਹ ਸਾਰੀਆਂ ਚੀਜ਼ਾਂ ਨੂੰ ਤਾਂ ਆਪਾਂ ਇਕੱਠਾ ਹੀ ਗ੍ਰਾਈਂਡਰ ਜਾਰ 'ਚ ਪਾ ਕੇ ਗ੍ਰਾਈਂਡ ਕਰ ਲੈਣਾ ਹੈ ਅਤੇ ਘੀਏ ਨੂੰ ਛਿਲ ਕੇ ਕੱਦੂਕਸ ਕਰਾਂਗੇ। ਅਤੇ ਹੁਣ ਆਪਾਂ ਲਵਾਂਗੇ 1 ਕੁੱਕਰ ਅਤੇ ਕੁੱਕਰ ਵਿੱਚ 2 ਤੋਂ 3 ਵੱਡੇ ਚਮਚ ਤੇਲ ਪਾ ਕੇ ਗਰਮ ਕਰ ਲਵਾਂਗੇ। ਅਤੇ ਜਦੋਂ ਤੇਲ ਗਰਮ ਹੋ ਜਾਏਗਾ ਨਾ ਚੰਗੀ ਤਰ੍ਹਾਂ, ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ 1 ਤੇਜ਼ ਪੱਤਾ ਅਤੇ 1 ਛੋਟਾ ਚਮਚ ਜੀਰੇ ਦਾ। ਬਸ ਜੀਰਾ ਤਲਕ ਜਾਏ ਚੰਗੀ ਤਰ੍ਹਾਂ ਅਤੇ ਉਦੋਂ ਇਹਦੇ ਵਿੱਚ ਪਾਵਾਂਗੇ ਪਿਆਜ਼, ਟਮਾਟਰ, ਅਦਰਕ, ਲਸਣ ਅਤੇ ਹਰੀ ਮਿਰਚ ਗ੍ਰਾਈਂਡ ਕੀਤੇ ਹੋਏ। ਅਤੇ ਹੁਣ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲੈਣਾ, ਯਾਨੀ ਕਿ ਪਕਾ ਲੈਣਾ ਤੇਲ ਛੱਡਣ ਤੱਕ। ਹੁਣ ਮੈਂ ਇੱਥੇ ਪਿਆਜ਼, ਅਦਰਕ, ਲਸਣ ਅਤੇ ਟਮਾਟਰਾਂ ਨੂੰ ਨਾ 7 ਤੋਂ 8 ਮਿੰਟ ਤੱਕ ਮੀਡੀਅਮ ਫਲੇਮ 'ਤੇ ਚੰਗੀ ਤਰ੍ਹਾਂ ਭੁੰਨ ਲਿਆ ਹੈ ਅਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨਣਾ ਹੈ ਤਾਂ ਕਿ ਪਿਆਜ਼ ਔਰ ਲਸਣ ਦਾ ਜਿਹੜਾ ਸਵਾਦ ਹੈ ਕੱਚਾ ਜਿਹਾ ਨਾ ਆਵੇ। ਅਤੇ ਇੰਨੀ ਦੇਰ ਭੁੰਨਣ ਨਾਲ ਨਾ ਪਿਆਜ਼, ਲਸਣ ਚੰਗੀ ਤਰ੍ਹਾਂ ਭੁੱਜ ਜਾਂਦੇ ਨੇ, ਕਿਉਂਕਿ ਆਪਾਂ ਇਕੱਠਾ ਸਭ ਕੁਛ ਭੁੰਨਿਆ ਨਾ, ਇਕੱਠਾ ਸਭ ਕੁਛ ਮਿਕਸ ਕਰਕੇ ਗ੍ਰਾਈਂਡ ਕਰਕੇ ਇਕੱਠਾ ਹੀ ਭੁੰਨਿਆ ਹੈ ਅਤੇ ਬਹੁਤ ਹੀ ਵਧੀਆ ਸਵਾਦ ਆਉਂਦਾ ਇਸ ਤਰ੍ਹਾਂ। ਅਤੇ ਇਹ ਹੁਣ ਤੁਸੀਂ ਦੇਖ ਸਕਦੇ ਹੋ ਪਹਿਲੇ ਨਾਲੋਂ ਕਾਫੀ ਗਾੜਾ ਹੋ ਗਿਆ ਨਾ, ਚੰਗੀ ਤਰ੍ਹਾਂ ਭੁੱਜ ਗਿਆ। ਅਤੇ ਹੁਣ ਗੈਸ ਦੀ ਫਲੇਮ ਨੂੰ ਸਿਮ ਕਰਾਂਗੇ ਅਤੇ ਇਹਦੇ ਵਿੱਚ ਪਾਵਾਂਗੇ 1/2 ਛੋਟਾ ਚਮਚ ਹਲਦੀ, 1/2 ਛੋਟਾ ਚਮਚ ਲੂਣ ਤੁਸੀਂ ਆਪਣੇ ਸਵਾਦ ਦੇ ਮੁਤਾਬਿਕ ਵੀ ਪਾ ਸਕਦੇ ਹੋ, ਅਤੇ 1 ਛੋਟਾ ਵਾਲਾ ਚਮਚ ਪਾਵਾਂਗੇ ਧਨੀਆ ਪਾਊਡਰ, ਅਤੇ ਚਮਚ ਦਾ 1/4 ਹਿੱਸਾ ਪਾਵਾਂਗੇ ਲਾਲ ਮਿਰਚਾਂ, ਅਤੇ ਵਧੀਆ ਜਿਹਾ ਕਲਰ ਦੇਣ ਵਾਸਤੇ ਨਾ ਸਬਜ਼ੀ ਨੂੰ 1/2 ਛੋਟਾ ਚਮਚ ਕਸ਼ਮੀਰੀ ਲਾਲ ਮਿਰਚਾਂ ਦਾ ਵੀ ਪਾ ਦਾਂਗੇ। ਅਤੇ ਇਹਦੇ ਵਿੱਚ ਨਾ ਮੈਂ ਗਰਮ ਮਸਾਲੇ ਦੀ ਜਗ੍ਹਾ 1 ਛੋਟਾ ਵਾਲਾ ਚਮਚ ਪਾਉਣ ਲੱਗੀ ਹਾਂ ਕਿਚਨ ਕਿੰਗ ਮਸਾਲਾ, ਤੁਸੀਂ ਗਰਮ ਮਸਾਲਾ ਜਾਂ ਸਬਜ਼ੀ ਮਸਾਲਾ ਵੀ ਪਾ ਸਕਦੇ ਹੋ। ਅਤੇ ਨਾਲ ਮੈਂ ਪਾ ਰਹੀ ਹਾਂ 1 ਵੱਡਾ ਵਾਲਾ ਚਮਚ ਭੁੱਜਿਆ ਹੋਇਆ ਬੇਸਣ, ਇਹਦੇ ਨਾਲ ਸਬਜ਼ੀ ਦਾ ਟੈਕਸਚਰ ਬਹੁਤ ਵਧੀਆ ਆਏਗਾ। ਅਤੇ ਥੋੜ੍ਹੀ ਜਿਹੀ ਪਾਵਾਂਗੀ ਕਸੂਰੀ ਮੇਥੀ, ਅਤੇ ਮਸਾਲੇ ਜਿਹੜੇ ਨੇ ਸੜਨ ਨਾ, ਇਸ ਕਰਕੇ ਥੋੜ੍ਹਾ ਜਿਹਾ ਪਾਣੀ ਪਾ ਕੇ ਨਾ ਅਤੇ ਆਪਾਂ ਇਹ ਮਸਾਲਿਆਂ ਨੂੰ ਭੁੰਨ ਲਵਾਂਗੇ। ਜੇ ਮਸਾਲੇ ਸੜਨਗੇ ਨਹੀਂ ਤਾਂ ਫਿਰ ਕਲਰ ਬਹੁਤ ਵਧੀਆ ਰਹੇਗਾ ਅਤੇ ਸਬਜ਼ੀ ਦਾ ਕਲਰ ਵੀ ਵਧੀਆ ਆਏਗਾ। ਅਤੇ ਮੈਂ ਇਹਦੇ ਵਿੱਚ ਭੁੱਜਿਆ ਹੋਇਆ ਬੇਸਣ ਪਾਇਆ ਨਾ, ਪਹਿਲਾਂ ਸੁੱਕਾ ਹੀ ਉਹਨੂੰ ਭੁੰਨ ਲਿਆ ਸੀ। ਅਤੇ ਜੇਕਰ ਮਤਲਬ ਕਿ ਤੁਸੀਂ ਬਿਨਾਂ ਭੁੰਨਿਆ ਹੋਇਆ ਪਾਓ ਨਾ ਅਤੇ ਉਹ ਪਹਿਲਾਂ ਪਾ ਕੇ ਅਤੇ ਥੋੜ੍ਹਾ ਜਿਹਾ ਉਹਨੂੰ ਭੁੰਨ ਲਵੋ ਤੜਕੇ ਦੇ ਨਾਲ। ਅਤੇ ਮੈਂ ਭੁੱਜਿਆ ਹੋਇਆ ਪਾਇਆ ਹੈ ਅਤੇ ਇਹਦਾ ਸਵਾਦ ਬਹੁਤ ਹੀ ਵਧੀਆ ਆਏਗਾ ਸਬਜ਼ੀ ਦੇ ਵਿੱਚ। ਅਤੇ ਇਹਨਾਂ ਨੂੰ ਹੁਣ ਮਸਾਲਿਆਂ ਨੂੰ, ਬੇਸਣ ਨੂੰ, ਕਸੂਰੀ ਮੇਥੀ ਨੂੰ ਮੈਂ ਤੜਕੇ ਦੇ ਨਾਲ ਥੋੜ੍ਹਾ ਜਿਹਾ ਭੁੰਨ ਲਿਆ। ਅਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇਸ ਤਰ੍ਹਾਂ ਦੇ ਕੱਟੇ ਹੋਏ 2 ਮੀਡੀਅਮ ਸਾਈਜ਼ ਦੇ ਆਲੂ, ਅਤੇ ਆਲੂਆਂ ਨੂੰ ਵੀ ਹੁਣ ਤੜਕੇ 'ਚ ਮਿਕਸ ਕਰਕੇ ਨਾ ਥੋੜ੍ਹੀ ਦੇਰ ਇਸ ਤਰ੍ਹਾਂ ਹੀ ਭੁੰਨ ਲਵਾਂਗੇ। ਅਤੇ ਅੱਜ ਜਿਹੜੀ ਆ ਕੋਫਤਿਆਂ ਦੀ ਸਬਜ਼ੀ ਹੈ ਨਾ, ਇਹ ਮੈਂ ਆਲੂ ਪਾ ਕੇ ਬਣਾ ਰਹੀ ਹਾਂ ਅਤੇ ਇਸ ਕਰਕੇ ਆਲੂ ਮੈਂ ਇਹਦੇ ਵਿੱਚ ਪਾਏ ਨੇ। ਅਤੇ ਬਿਨਾਂ ਆਲੂਆਂ ਦੀ ਇਕੱਲੇ ਕੋਫਤਿਆਂ ਦੀ ਸਬਜ਼ੀ ਵੀ ਰੈਸਿਪੀ ਮੈਂ ਆਪਣੇ ਚੈਨਲ 'ਤੇ ਅਪਲੋਡ ਕੀਤੀ ਹੋਈ ਹੈ ਅਤੇ ਤੁਸੀਂ ਉਹ ਵੀ ਦੇਖ ਸਕਦੇ ਹੋ, ਉਹ ਵੀ ਤੁਸੀਂ ਸਭ ਨੇ ਬਹੁਤ ਹੀ ਪਸੰਦ ਕੀਤੀ ਸੀ। ਅਤੇ ਅੱਜ ਆਲੂ ਪਾ ਕੇ ਬਣਾ ਰਹੀ ਹਾਂ, ਇਹ ਵੀ ਤੁਹਾਨੂੰ ਬਹੁਤ ਪਸੰਦ ਆਏਗੀ। ਅਤੇ ਥੋੜ੍ਹੀ ਦੇਰ ਆਲੂਆਂ ਨੂੰ ਭੁੰਨਣ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ 1 ਗਲਾਸ ਪਾਣੀ, ਕਿਉਂਕਿ ਆਪਾਂ ਆਲੂਆਂ ਨੂੰ ਪਕਾਉਣਾ ਹੈ ਨਾ, ਅਤੇ ਇਸ ਕਰਕੇ ਪਾਣੀ ਪਾਉਣਾ ਬਹੁਤ ਹੀ ਜ਼ਰੂਰੀ ਹੈ। ਅਤੇ ਬਸ ਹੁਣ ਗੈਸ ਦੀ ਫਲੇਮ ਨੂੰ ਆਪਾਂ ਫੁੱਲ ਕਰ ਲਵਾਂਗੇ ਅਤੇ ਫੁੱਲ ਫਲੇਮ 'ਤੇ ਕੁੱਕਰ ਨੂੰ ਢੱਕਣ ਲਾ ਕੇ ਅਤੇ ਆਲੂਆਂ ਨੂੰ ਪਕਾਵਾਂਗੇ। ਅਤੇ ਹੁਣ ਕੁੱਕਰ ਦਾ ਢੱਕਣ ਬੰਦ ਕਰਕੇ ਵਿਸਲ ਲਗਾ ਕੇ ਅਤੇ ਗੈਸ ਦੀ ਫੁੱਲ ਫਲੇਮ 'ਤੇ 2 ਸੀਟੀਆਂ ਆਉਣ ਤੱਕ ਆਪਾਂ ਆਲੂਆਂ ਨੂੰ ਪਕਾ ਲਵਾਂਗੇ। ਜਦ ਤੱਕ ਕੁੱਕਰ 'ਚ ਸੀਟੀਆਂ ਆਉਂਦੀਆਂ ਨਾ, ਉਦੋਂ ਤੱਕ ਆਪਾਂ ਕੋਫਤਿਆਂ ਦੀ ਤਿਆਰੀ ਕਰ ਲੈਂਦੇ ਹਾਂ। ਅਤੇ ਜਿਹਦੇ ਵਾਸਤੇ ਮੈਂ ਇੱਥੇ ਜਿਹੜਾ ਘੀਆ ਲਿਆ ਸੀ ਨਾ, ਆਪਾਂ ਉਹਨੂੰ ਕੱਦੂਕਸ ਕਰ ਲਿਆ। ਅਤੇ ਕੱਦੂਕਸ ਆਪਾਂ ਉਹ ਲੈਣਾ ਹੈ ਜਿਹੜਾ ਕਿ ਨੋਰਮਲ ਹੋਵੇ, ਨਾ ਜ਼ਿਆਦਾ ਮੋਟਾ ਨਾ ਜ਼ਿਆਦਾ ਬਰੀਕ ਵਾਲਾ। ਅਤੇ ਹੁਣ ਨਾ ਇਹ ਘੀਏ ਦਾ ਪਾਣੀ ਨਿਚੋੜ ਲੈਣਾ। ਅਤੇ ਪਾਣੀ ਆਪਾਂ ਨਾ ਬਹੁਤ ਜ਼ਿਆਦਾ ਨਹੀਂ ਨਿਚੋੜਨਾ,
ਇੰਨਾ ਕੁ ਨਿਚੋੜਨਾ ਹੈ ਕਿ ਜਦੋਂ ਆਪਾਂ ਇਹਦੇ ਵਿੱਚ ਬੇਸਣ ਪਾ ਕੇ ਇਹਦਾ ਘੋਲ ਬਣਾਉਣਾ ਹੈ ਨਾ, ਉਹਦੇ ਵਾਸਤੇ ਵੱਖਰੇ ਪਾਣੀ ਦੀ ਲੋੜ ਨਾ ਪਵੇ। ਅਤੇ ਇਹ ਜਿਹੜਾ ਘੀਏ ਦਾ ਨੈਚੁਰਲ ਆਪਣਾ ਪਾਣੀ ਹੁੰਦਾ, ਇਹਦੇ ਵਿੱਚ ਹੀ ਬੈਟਰ ਵਧੀਆ ਬਣ ਜਾਵੇ। ਅਤੇ ਜਿਹੜਾ ਘੀਏ ਦਾ ਪਾਣੀ ਹੈ ਨਾ, ਇਹਦੇ ਨਾਲ ਭਾਵੇਂ ਆਟਾ ਗੁੰਨ ਲਵੋ, ਭਾਵੇਂ ਸਬਜ਼ੀ ਬਣਾਉਣ 'ਚ ਇਹਦੀ ਵਰਤੋਂ ਕਰ ਲਵੋ, ਅਤੇ ਭਾਵੇਂ ਨਾ ਵੀ ਯੂਜ਼ ਕਰੋ, ਇਹ ਤੁਹਾਡੀ ਆਪਣੀ ਮਰਜ਼ੀ ਹੈ। ਅਤੇ ਸਾਰੇ ਘੀਏ ਦਾ ਪਾਣੀ ਨਿਚੋੜ ਕੇ ਨਾ ਮੈਂ ਇੱਥੇ ਘੀਆ ਇੱਕ ਬਾਊਲ 'ਚ ਪਾ ਲਿਆ, ਅਤੇ ਹੁਣ ਇਹਦੇ ਵਿੱਚ ਪਾਵਾਂਗੇ ਕੱਪ ਦਾ ਚੌਥਾ ਹਿੱਸਾ ਬੇਸਣ। ਅਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ 2 ਬਰੀਕ ਕੱਟੀਆਂ ਹੋਈਆਂ ਹਰੀਆਂ ਮਿਰਚਾਂ, 1 ਚਮਚ ਕੱਦੂਕਸ ਕੀਤਾ ਹੋਇਆ ਅਦਰਕ, ਅਤੇ 2 ਤੁਰੀਆਂ ਲਸਣ ਦੀਆਂ ਕੱਦੂਕਸ ਕੀਤੀਆਂ ਹੋਈਆਂ, ਅਤੇ ਥੋੜ੍ਹਾ ਜਿਹਾ ਪਿਆਜ਼, ਇੱਕ ਛੋਟਾ ਜਿਹਾ ਪਿਆਜ਼ ਹੈ ਜਿਹਨੂੰ ਮੈਂ ਬਰੀਕ ਬਰੀਕ ਕੱਟ ਲਿਆ। ਇਹਨਾਂ ਚੀਜ਼ਾਂ ਦਾ ਸਵਾਦ ਕੋਫਤਿਆਂ ਵਿੱਚ ਬਹੁਤ ਵਧੀਆ ਆਉਂਦਾ, ਅਤੇ ਪਿਆਜ਼ ਜ਼ਰੂਰ ਪਾਇਓ। ਅਤੇ ਹੁਣ ਮੈਂ ਇਹਦੇ ਵਿੱਚ ਪਾਉਣ ਲੱਗੀ ਹਾਂ ਕੱਪ ਦਾ ਚੌਥਾ ਹਿੱਸਾ ਕੱਦੂਕਸ ਕੀਤਾ ਹੋਇਆ ਪਨੀਰ। ਅਤੇ ਪਨੀਰ ਤੋਂ ਬਿਨਾਂ ਵੀ ਇਹ ਕੋਫਤੇ ਬਹੁਤ ਹੀ ਵਧੀਆ ਬਣਦੇ ਨੇ, ਪਰ ਕੀ ਹੈ ਕਿ ਘਰ ਬੱਚਿਆਂ ਨੂੰ ਨਾ ਬਹੁਤ ਹੀ ਪਸੰਦ ਆਉਂਦੇ ਨੇ ਪਨੀਰ ਵਾਲੇ ਕੋਫਤੇ, ਇਸ ਕਰਕੇ ਅੱਜ ਮੈਂ ਪਨੀਰ ਪਾ ਕੇ ਬਣਾ ਰਹੀ ਹਾਂ, ਅਤੇ ਬਿਨਾਂ ਪਨੀਰ ਤੋਂ ਵੀ ਤੁਸੀਂ ਇਹਨੂੰ ਬਣਾ ਸਕਦੇ ਹੋ, ਪਨੀਰ ਪਾ ਕੇ ਬਹੁਤ ਸਵਾਦ ਬਣਦੇ ਨੇ। ਹੁਣ ਇਹਦੇ ਵਿੱਚ ਆਪਾਂ ਕੁਝ ਮਸਾਲੇ ਪਾਵਾਂਗੇ। ਇਹਦੇ ਵਿੱਚ ਮੈਂ ਪਾਉਣ ਲੱਗੀ ਹਾਂ 1 ਛੋਟਾ ਚਮਚ ਸੌਂਫ, ਅਤੇ ਚਮਚ ਦਾ ਚੌਥਾ ਹਿੱਸਾ ਅਜਵਾਇਣ, ਅਤੇ ਬਾਕੀ ਸਾਰੇ ਜਿਹੜੇ ਆਪਾਂ ਮਸਾਲੇ ਰੂਟੀਨ ਵਿੱਚ ਯੂਜ਼ ਕਰਦੇ ਹਾਂ, ਧਨੀਆ ਪਾਊਡਰ, ਅਤੇ ਹਲਦੀ, ਲੂਣ, ਗਰਮ ਮਸਾਲਾ, ਅਤੇ ਲਾਲ ਮਿਰਚਾਂ, ਅਤੇ ਇਹ ਜਿੰਨੇ ਵੀ ਸੁੱਕੇ ਮਸਾਲੇ ਮੈਂ ਲਏ ਨੇ ਨਾ, ਇਹ ਸਾਰੇ ਚਮਚ ਦਾ ਚੌਥਾ ਹਿੱਸਾ ਨੇ। ਅਤੇ ਕੋਫਤਿਆਂ ਦੇ ਵਿੱਚ ਨਾ ਸੌਂਫ ਜ਼ਰੂਰ ਪਾਇਓ, ਇਹਦਾ ਸਵਾਦ ਬਹੁਤ ਹੀ ਵਧੀਆ ਆਉਂਦਾ ਹੈ। ਅਤੇ ਇਹ ਸਾਰੇ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ, ਅਤੇ ਇਹਦੇ ਜਿਹੜਾ ਕੁਦਰਤੀ ਪਾਣੀ ਹੈ ਨਾ ਘੀਏ ਦਾ, ਇਹਦੇ ਵਿੱਚ ਹੀ ਆਪਾਂ ਇਹਨੂੰ ਮਿਕਸ ਕਰਨਾ, ਉੱਪਰਲਾ ਪਾਣੀ ਨਹੀਂ ਪਾਉਣਾ ਵੱਖਰਾ। ਅਤੇ ਲੂਣ ਮਿਰਚ ਮਸਾਲੇ ਵੀ ਤੁਸੀਂ ਆਪਣੇ ਸਵਾਦ ਦੇ ਮੁਤਾਬਿਕ ਇਹਦੇ ਵਿੱਚ ਵਧਾ ਘਟਾ ਸਕਦੇ ਹੋ, ਅਤੇ ਹਰਾ ਧਨੀਆ ਵੀ ਪਾ ਸਕਦੇ ਹੋ, ਪਰ ਮੈਂ ਹਰਾ ਧਨੀਆ ਨਹੀਂ ਪਾ ਰਹੀ ਹਾਂ, ਕਿਉਂਕਿ ਜਦੋਂ ਆਪਾਂ ਇਹਨਾਂ ਨੂੰ ਫਰਾਈ ਕਰਦੇ ਹਾਂ ਨਾ ਤਾਂ ਸੜ ਜਿਹਾ ਜਾਂਦਾ, ਅਤੇ ਕਾਲੇ 'ਚ ਰੰਗ ਦਾ ਹੋ ਜਾਂਦਾ, ਅਤੇ ਆਪਾਂ ਸਬਜ਼ੀ ਵਿੱਚ ਪਾਵਾਂਗੇ। ਅਤੇ ਇੱਥੇ ਨਾ ਐਕਸਟਰਾ ਪਾਣੀ ਪਾਏ ਬਿਨਾਂ ਹੀ ਆਪਣਾ ਕੋਫਤਿਆਂ ਦਾ ਜਿਹੜਾ ਮਿਕਸਚਰ ਹੈ ਬਹੁਤ ਹੀ ਵਧੀਆ ਤਿਆਰ ਹੋਇਆ। ਆ ਦੇਖੋ ਕੋਫਤੇ ਇੱਕ ਵਧੀਆ ਬਣ ਰਹੇ ਨੇ, ਇੱਕਦਮ ਬਾਈਂਡਿੰਗ ਹੋ ਰਿਹਾ ਮਿਕਸਚਰ, ਹੈ ਨਾ। ਅਤੇ ਜੇ ਤੁਹਾਨੂੰ ਲੱਗੇ ਕਿ ਥੋੜ੍ਹਾ ਜਿਹਾ ਢਿੱਲਾ ਹੈ, ਬਾਈਂਡਿੰਗ ਨਹੀਂ ਹੋ ਰਹੀ ਅੱਛੀ ਤਰ੍ਹਾਂ, ਤਾਂ ਤੁਸੀਂ ਇਹਦੇ ਵਿੱਚ ਥੋੜ੍ਹਾ ਜਿਹਾ ਬੇਸਣ ਹੋਰ ਪਾ ਲਵੋ। ਅਤੇ ਇੰਨੀ ਦੇਰ 'ਚ ਨਾ ਇੱਥੇ ਕੁੱਕਰ 'ਚ ਵੀ 2 ਸੀਟੀਆਂ ਆ ਚੁੱਕੀਆਂ ਨੇ, ਅਤੇ ਹੁਣ ਗੈਸ ਦੀ ਫਲੇਮ ਨੂੰ ਕਰ ਦੇਵਾਂਗੇ ਬੰਦ। ਅਤੇ ਇਹਨੂੰ ਅਜੇ ਨਹੀਂ ਖੋਲਾਂਗੇ ਆਪਾਂ ਕੁੱਕਰ ਨੂੰ, ਉਦੋਂ ਖੋਲਾਂਗੇ ਜਦੋਂ ਇਹਦੇ 'ਚੋਂ ਆਪਣੇ ਆਪ ਸਟੀਮ ਖਤਮ ਹੋ ਜਾਏਗੀ, ਅਤੇ ਉਦੋਂ ਤੱਕ ਆਪਾਂ ਜਿਹੜੇ ਕੋਫਤਿਆਂ ਦਾ ਮਟੀਰੀਅਲ ਤਿਆਰ ਕੀਤਾ ਉਹਦੇ ਕੋਫਤੇ ਫਰਾਈ ਕਰ ਲੈਂਦੇ ਹਾਂ। ਅਤੇ ਫਰਾਈ ਕਰਨ ਵਾਸਤੇ ਨਾ ਮੈਂ ਆਇਲ ਨੂੰ ਪਹਿਲਾਂ ਹੀ ਗਰਮ ਕਰ ਲਿਆ ਹੈ, ਕਿਉਂਕਿ ਜਦੋਂ ਇਹ ਮਿਕਸਚਰ ਮਿਕਸ ਕਰ ਲਈਦਾ ਨਾ ਲੂਣ ਪਾ ਕੇ, ਉਦੋਂ ਇਹਨੂੰ ਬਹੁਤ ਹੀ ਦੇਰ ਰੱਖੀਦਾ ਨਹੀਂ ਹੈ, ਨਹੀਂ ਤਾਂ ਫਿਰ ਇਹ ਥੋੜ੍ਹਾ ਜਿਹਾ ਲੂਜ਼ ਜਿਹਾ ਹੋ ਜਾਂਦਾ ਹੈ, ਯਾਨੀ ਕਿ ਪਾਣੀ ਛੱਡ ਦਿੰਦਾ। ਅਤੇ ਇਸ ਕਰਕੇ ਆਪਾਂ ਆਇਲ ਨੂੰ ਪਹਿਲਾਂ ਹੀ ਗਰਮ ਕਰਕੇ ਰੱਖ ਲੈਣਾ। ਅਤੇ ਹੁਣ ਥੋੜ੍ਹਾ ਥੋੜ੍ਹਾ ਮਿਕਸਚਰ ਲੈ ਕੇ ਅਤੇ ਇਹਦੇ ਇਸ ਤਰ੍ਹਾਂ ਗੋਲ ਜਿਹੀ ਸ਼ੇਪ ਦੇ ਕੇ ਇਸ ਤਰ੍ਹਾਂ ਬਾਊਲ ਵਾਂਗੂ ਬਣਾ ਲੈਣਾ, ਅਤੇ ਕੜਾਈ ਵਿੱਚ ਪਾਉਂਦੇ ਜਾਣਾ। ਬਸ ਬੜੇ ਧਿਆਨ ਨਾਲ ਪਾਇਓ ਕਿ ਆਇਲ ਤੁਹਾਡੇ ਹੱਥ 'ਤੇ ਨਾ ਪਵੇ, ਅਤੇ ਬਹੁਤ ਤੇਜ਼ ਗਰਮ ਆਇਲ ਵਿੱਚ ਇਹ ਨਹੀਂ ਪਾਉਣੇ, ਨਹੀਂ ਤਾਂ ਇੱਕਦਮ ਲਾਲ ਜਿਹੇ ਹੋ ਜਾਂਦੇ ਨੇ। ਤੇਲ ਨੂੰ ਗਰਮ ਕਰਕੇ ਅਤੇ ਫਿਰ ਥੋੜ੍ਹਾ ਜਿਹਾ ਸੇਕ ਘਟਾ ਲੈਣਾ, ਅਤੇ ਫਿਰ ਇਹਦੇ ਵਿੱਚ ਇਹ ਕੋਫਤੇ ਪਾਈ ਜਾਣੇ ਨੇ। ਕੜਾਈ ਔਰ ਆਇਲ ਦੇ ਹਿਸਾਬ ਨਾਲ ਨਾ ਇੱਕ ਵਾਰ 'ਚ ਜਿੰਨੇ ਕੋਫਤੇ ਆ ਜਾਣ ਉਨੇ ਪਾ ਲਵੋ, ਅਤੇ ਬਾਕੀ ਦੂਜੀ ਵਾਰ 'ਚ ਫਰਾਈ ਕਰ ਲਵੋ। ਆਇਲ 'ਚ ਪਾਉਣ ਤੋਂ ਬਾਅਦ ਨਾ ਇੱਕਦਮ ਇਹਨਾਂ ਨਾਲ ਛੇੜਛਾੜ ਨਹੀਂ ਕਰਨੀ, ਜਦੋਂ ਥੋੜ੍ਹੀ ਦੇਰ ਆਇਲ ਵਿੱਚ ਸੈੱਟ ਹੋ ਜਾਣ ਉਸ ਤੋਂ ਬਾਅਦ ਇਹਨੂੰ ਉਲਟਾਂਗੇ ਪਲਟਾਂਗੇ, ਸਾਈਡ ਚੇਂਜ ਕਰਦੇ ਹੋਏ ਵਧੀਆ ਜਿਹਾ ਗੋਲਡਨ ਬਰਾਊਨ ਕਲਰ ਆਉਣ ਤੱਕ ਤਲ ਲਵਾਂਗੇ। ਅਤੇ ਇਹਨਾਂ ਨੂੰ ਨਾ ਇਸ ਤਰ੍ਹਾਂ ਚਲਾਉਂਦੇ ਹੋਏ ਆਪਾਂ ਫਰਾਈ ਕਰਨਾ, ਕਿਉਂਕਿ ਇਹ ਗੋਲ ਨੇ ਨਾ, ਅਤੇ ਇਸ ਕਰਕੇ ਚਲਾਉਂਦੇ ਹੋਏ ਕਰਾਂਗੇ ਤਾਂ ਸਾਰੇ ਪਾਸੇ ਇੱਕੋ ਜਿਹਾ ਸੇਕ ਲੱਗੇਗਾ ਔਰ ਇੱਕੋ ਜਿਹਾ ਹੀ ਕਲਰ ਆਏਗਾ। ਫਰਾਈ ਕਰਦੇ ਹੋਏ ਜਦੋਂ ਕੋਫਤਿਆਂ ਦਾ ਇਸ ਤਰ੍ਹਾਂ ਦਾ ਵਧੀਆ ਜਿਹਾ ਕਲਰ ਆ ਜਾਵੇ ਨਾ ਗੋਲਡਨ ਬਰਾਊਨ ਜਿਹਾ, ਉਦੋਂ ਆਪਾਂ ਆਇਲ 'ਚੋਂ ਕੱਢ ਕੇ ਛਾਨੀ 'ਚ ਰੱਖ ਲਵਾਂਗੇ। ਅਤੇ ਇਹਨਾਂ ਨੂੰ ਨਾ ਆਪਾਂ ਗੈਸ ਦੀ ਫਲੇਮ ਨੂੰ ਸੈੱਟ ਕਰਦੇ ਹੋਏ ਸੇਕਣਾ, ਕਦੀ ਘੱਟ ਕਰ ਲੈਣਾ ਸੇਕ ਅਤੇ ਕਦੀ ਵਧਾ ਲੈਣਾ ਕਿ ਇਹ ਅੰਦਰ ਤੱਕ ਚੰਗੀ ਤਰ੍ਹਾਂ ਪੱਕ ਜਾਣ, ਕੱਚੇ ਨਾ ਰਹਿਣ ਅੰਦਰੋਂ। ਅਤੇ ਇਸੇ ਤਰ੍ਹਾਂ ਹੀ ਬਾਕੀ ਬਚੇ ਮਟੀਰੀਅਲ ਨੂੰ ਵੀ ਮੈਂ ਗੋਲ ਸ਼ੇਪ ਦਿੰਦੇ ਹੋਏ ਗੈਸ ਦੀ ਫਲੇਮ ਨੂੰ ਸੈੱਟ ਕਰਦੇ ਹੋਏ ਸਾਰੇ ਕੋਫਤੇ ਤਿਆਰ ਕਰ ਲਏ ਨੇ।
ਤੇ ਇਹ ਲਓ ਜੀ ਸਾਡੇ ਗਰਮ ਗਰਮ ਨਰਮ ਨਰਮ ਘੀਏ ਦੇ ਗੋਲ ਗੋਲ ਕੋਫਤੇ ਬਣ ਕੇ ਤਿਆਰ ਨੇ। ਹੁਣ ਆਪਾਂ ਅਗਲੀ ਪ੍ਰੋਸੈਸ ਵੱਲ ਚੱਲਦੇ ਹਾਂ ਕੁੱਕਰ ਵੱਲ। ਤੇ ਇੰਨੀ ਦੇਰ 'ਚ ਨਾ ਕੁੱਕਰ 'ਚੋਂ ਸਟੀਮ ਵੀ ਨਿਕਲ ਚੁੱਕੀ ਹੈ ਅਤੇ ਕੁੱਕਰ ਦਾ ਢੱਕਣ ਖੋਲ੍ਹ ਕੇ ਆਪਾਂ ਆਲੂ ਚੈੱਕ ਕਰ ਲੈਂਦੇ ਹਾਂ। ਵਾਹ ਜੀ ਵਾਹ, ਬਹੁਤ ਹੀ ਵਧੀਆ ਸਬਜ਼ੀ ਬਣੀ ਹੈ ਨਾ, ਹਜੇ ਆਲੂਆਂ ਦੀ, ਆਲੂ ਪੱਕ ਚੁੱਕੇ ਨੇ। ਅਤੇ ਇੱਥੇ ਨਾ ਕੋਫਤਿਆਂ ਦੇ ਹਿਸਾਬ ਨਾਲ ਮੈਨੂੰ ਇਹ ਜਿਹੜੀ ਗ੍ਰੇਵੀ ਹੈ ਨਾ ਰਸਾ ਜਿਹਾ, ਇਹ ਗਾੜਾ ਲੱਗਦਾ ਪਿਆ ਕਿਉਂਕਿ ਕੋਫਤੇ ਪਾਉਣ ਤੋਂ ਬਾਅਦ ਹੋਰ ਗਾੜੀ ਹੋ ਜਾਂਦੀ ਹੈ ਗ੍ਰੇਵੀ। ਇਸ ਕਰਕੇ ਹੁਣ ਆਪਾਂ ਇਹਦੇ ਵਿੱਚ ਥੋੜ੍ਹਾ ਜਿਹਾ ਪਾਣੀ ਪਾਵਾਂਗੇ, ਪਰ ਪਾਣੀ ਪਾਵਾਂਗੇ ਇਕਦਮ ਗਰਮ, ਅਤੇ ਗੈਸ ਦੀ ਫਲੇਮ ਨੂੰ ਔਨ ਕਰ ਲਵਾਂਗੇ। ਅਤੇ ਗਰਮ ਪਾਣੀ ਮੈਂ ਇਹਦੇ ਵਿੱਚ ਪਾ ਰਹੀ ਹਾਂ ਇੱਕ ਗਲਾਸ, ਕਿਉਂਕਿ ਕੋਫਤੇ ਪਾਉਣ ਤੋਂ ਬਾਅਦ ਫਿਰ ਤੋਂ ਇਹ ਜਿਹੜੀ ਗ੍ਰੇਵੀ ਹੈ ਇਹ ਗਾੜੀ ਹੋ ਜਾਏਗੀ। ਇਸ ਕਰਕੇ ਪਹਿਲਾਂ ਹੀ ਆਪਾਂ ਇਹਨਾਂ ਨੂੰ ਥੋੜ੍ਹਾ ਜਿਹਾ ਪਤਲਾ ਰੱਖਣਾ ਹੈ, ਅਤੇ ਨਾਲ ਹੀ ਆਪਾਂ ਇਹ ਫਰਾਈ ਕੀਤੇ ਹੋਏ ਕੋਫਤੇ ਵੀ ਪਾ ਦੇਵਾਂਗੇ। ਅਤੇ ਸਬਜ਼ੀ ਇੰਨੀ ਜ਼ਿਆਦਾ ਸਵਾਦ ਬਣਦੀ ਹੈ ਨਾ ਕਿ ਤੁਸੀਂ ਇੱਕ ਵਾਰੀ ਜ਼ਰੂਰ ਇਹਨੂੰ ਟਰਾਈ ਕਰਿਓ। ਅਤੇ ਕੋਫਤਿਆਂ ਦੇ ਨਾਲ ਨਾਲ ਆਲੂਆਂ ਦਾ ਵੀ ਸਵਾਦ ਬਹੁਤ ਹੀ ਵਧੀਆ ਆਉਂਦਾ ਹੈ। ਅਤੇ ਜਿਹੜੇ ਘੀਏ ਨਹੀਂ ਖਾਂਦੇ ਨਾ, ਘੀਏ ਦੀ ਸਬਜ਼ੀ, ਉਹਨਾਂ ਨੂੰ ਇਸ ਤਰ੍ਹਾਂ ਘੀਏ ਦੇ ਕੋਫਤੇ ਬਣਾ ਕੇ ਖਾਓ, ਬਹੁਤ ਹੀ ਪਸੰਦ ਆਉਣਗੇ। ਬਸ ਇਹਨੂੰ ਨਾ ਹੁਣ ਆਪਾਂ ਢੱਕ ਕੇ ਇੱਕ ਉਬਾਲਾ ਦਵਾਉਣਾ ਹੈ। ਅਤੇ ਬਸ ਕੁੱਕਰ ਦਾ ਢੱਕਣ ਨਾ ਇਸ ਤਰ੍ਹਾਂ ਹੀ ਉੱਪਰ ਰੱਖਿਆ, ਇਹਨੂੰ ਬੰਦ ਨਹੀਂ ਕਰਨਾ, ਯਾਨੀ ਕਿ ਪ੍ਰੈਸ਼ਰ ਨਹੀਂ ਦੇਣਾ। ਇੱਥੇ ਸਬਜ਼ੀ ਨੂੰ ਢੱਕ ਕੇ ਪਕਾਉਂਦੇ ਹੋਏ 2 ਮਿੰਟ ਹੋ ਚੁੱਕੇ ਨੇ ਅਤੇ ਸਬਜ਼ੀ ਵਧੀਆ ਰਿੱਝ ਵੀ ਗਈ ਹੈ। ਇੰਨੀ ਦੇਰ 'ਚ ਨਾ ਕੋਫਤਿਆਂ ਦੇ ਵਿੱਚ ਜਿਹੜੀ ਗ੍ਰੇਵੀ ਹੈ ਨਾ, ਲੂਣ ਮਿਰਚ ਮਸਾਲਾ ਸਭ ਅੱਛੀ ਤਰ੍ਹਾਂ ਰਸ ਮਿਸ ਗਏ ਨੇ। ਅਤੇ ਇਸ ਤੋਂ ਜ਼ਿਆਦਾ ਆਪਾਂ ਇਹਨਾਂ ਨੂੰ ਨਹੀਂ ਰਿਝਾਉਣਾ, ਨਹੀਂ ਉਬਾਲਣਾ, ਕਿਉਂਕਿ ਕੋਫਤੇ ਜਿਹੜੇ ਨੇ ਬਹੁਤ ਹੀ ਨਰਮ ਨੇ ਅਤੇ ਜੇਕਰ ਇਸ ਤੋਂ ਜ਼ਿਆਦਾ ਉਬਾਲਾਂਗੇ ਤਾਂ ਉਹ ਗ੍ਰੇਵੀ ਦੇ ਵਿੱਚ ਟੁੱਟ ਜਾਣਗੇ, ਖੁਰਜੇ ਜਾਣਗੇ। ਅਤੇ ਬਸ ਹੁਣ ਇੱਥੇ ਗੈਸ ਦੀ ਫਲੇਮ ਨੂੰ ਆਪਾਂ ਕਰ ਦੇਵਾਂਗੇ ਬੰਦ। ਅਤੇ ਹੁਣ ਇਹਦੇ ਵਿੱਚ ਪਾਵਾਂਗੇ ਥੋੜ੍ਹਾ ਜਿਹਾ ਕੱਟਿਆ ਹੋਇਆ ਹਰਾ ਧਨੀਆ, ਸਬਜ਼ੀ ਦੀ ਰੌਣਕ ਹੋਰ ਵੱਧ ਜਾਏਗੀ। ਅਤੇ ਇਹ ਲਓ ਜੀ ਸਾਡੇ ਘੀਏ ਦੇ ਨਰਮ ਨਰਮ ਕੋਫਤਿਆਂ ਵਾਲੀ, ਆਲੂ ਕੋਫਤਿਆਂ ਦੀ ਰਸੇ ਵਾਲੀ ਸਬਜ਼ੀ ਬਣ ਕੇ ਤਿਆਰ ਹੈ। ਸਬਜ਼ੀ ਬਹੁਤ ਹੀ ਵਧੀਆ ਬਣੀ ਹੈ, ਇਹਨੂੰ ਰੋਟੀ ਨਾਲ ਖਾਓ, ਚੌਲਾਂ ਨਾਲ ਖਾਓ, ਇਹ ਬਹੁਤ ਹੀ ਸਵਾਦ ਲੱਗਦੀ ਹੈ। ਇਹ ਕੋਫਤਿਆਂ ਦੀ ਸਬਜ਼ੀ ਤਾਂ ਹੀ ਸਵਾਦ ਲੱਗਦੀ ਹੈ ਕਿ ਕੋਫਤੇ ਨਰਮ ਹੋਣ ਅਤੇ ਗ੍ਰੇਵੀ ਦੇ ਵਿੱਚ ਲੂਣ ਮਿਰਚ ਮਸਾਲੇ ਪੂਰੇ ਹੋਣ, ਫਿਰ ਤਾਂ ਸਬਜ਼ੀ ਖਾਣ ਦਾ ਸਵਾਦ ਹੀ ਆ ਜਾਂਦਾ ਹੈ। ਦੇਖੋ ਜੀ ਨਰਮ ਨਰਮ ਕੋਫਤੇ ਬਣੇ ਨੇ, ਬਿਲਕੁਲ ਨਰਮ।